ਕਿੱਦਾਂ ਦੇਖੀਏ ਅੱਜ ਤੁਸੀਂ ਆਪਣਾ ਅਹੁਦਾ ਸੰਭਾਲ ਲਿਆ ਔਰ ਲੋਕ ਜਿਹੜੇ ਨੇ ਤੁਹਾਡੇ ਕੋਲ ਆਏ ਨੇ, ਤੁਹਾਡੇ ਪ੍ਰਸ਼ੰਸਕ ਵੀ ਆਏ ਨੇ, ਮਿਨਿਸਟਰਸ ਵੀ ਇੱਥੇ ਤੁਹਾਡੇ ਕੋਲ ਪਹੁੰਚੇ ਨੇ, ਕਿੱਦਾਂ ਦੇਖਦੇ ਹੋ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ? ਅਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਰੇ ਪ੍ਰੈਸ ਵੀਰਾਂ ਦਾ ਅਤੇ ਸਾਰਿਆਂ ਦਾ, ਜਿੰਨੀ ਸਾਡੀ ਹਾਈ ਕਮਾਂਡ ਹੈਗੀ ਦਿੱਲੀ ਦੀ, ਪੰਜਾਬ ਦੀ, ਸਾਡੇ CM ਸਾਹਿਬ ਅਰਵਿੰਦ ਕੇਜਰੀਵਾਲ, ਸਾਡੇ CM ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ, ਮੇਰੇ ਕੈਬਨਿਟ ਕੁਲੀਗ, ਮੇਰੇ MLA ਸਾਹਿਬਾਨ, ਜਿੰਨੇ ਵੀ ਅੱਜ ਪਹੁੰਚੇ ਇੱਥੇ, ਜਿੰਨੇ ਨਹੀਂ ਵੀ ਪਹੁੰਚ ਸਕੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ, ਵਧਾਈ ਵੀ ਦਿੰਦਾ। ਅਤੇ ਮੈਂ ਇਹੀ ਜ਼ਿਆਦਾ ਨਾ ਕੁਛ ਕਹਿੰਦਾ ਹੋਇਆ ਕਿ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਹਾਂ ਕਿ ਜਿਹੜੀ ਇੱਕ, ਮੈਂ ਸਮਝਦਾ ਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਬਹੁਤ ਵੱਡਾ ਡਿਪਾਰਟਮੈਂਟ ਹੈਗਾ, ਅਤੇ ਮੈਂ ਇਹੀ ਵਿਸ਼ਵਾਸ ਦਵਾਉਂਦਾ ਕਿ ਜਿਸ ਵਿਸ਼ਵਾਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ, ਜ਼ਿੰਮੇਵਾਰੀ ਦਿੱਤੀ ਆ, ਅਸੀਂ ਉਸ ਤੋਂ ਵੱਧ ਵਿਸ਼ਵਾਸ ਦੇ ਨਾਲ ਇਮਾਨਦਾਰੀ ਨਾਲ ਅਸੀਂ ਆਪਾਂ ਕੰਮ ਕਰਕੇ ਆਪਾਂ ਲੋਕਲ ਗਵਰਨਮੈਂਟ ਆਪਣੇ ਆਪ ਦੇ ਵਿੱਚ ਚੈਲੇਂਜ ਹੈ, ਬਹੁਤ ਸਾਰੀਆਂ ਮਿਊਨਸਪੈਲਿਟੀਜ਼ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਹਾਲੇ ਵੀ ਬਹੁਤ ਸਾਰੀਆਂ ਦਿੱਕਤ ਪਰੇਸ਼ਾਨੀਆਂ ਹੈਗੀਆਂ ਨੇ, ਉਹਨਾਂ ਨੂੰ ਕਿੱਦਾਂ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਕਿ ਉਸ ਚੈਲੇਂਜ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਏਗਾ, ਕਿਸ ਤਰੀਕੇ ਨਾਲ ਚੀਜ਼ਾਂ ਅੱਗੇ ਵਧਾਈਆਂ ਜਾਣ? ਵੈਰੀ ਟਰੂ, ਤਕਰੀਬਨ ਕਹਿ ਸਕਦਾ ਕਿ ਅੱਧੀ ਸਰਕਾਰ ਲੋਕਲ ਬੋਡੀਜ਼ ਹੈਗੀ ਹੈ ਜੀ, ਇਹ ਨਾ, ਅਤੇ ਕਾਰਪੋਰੇਸ਼ਨਸ ਹੈਗੀਆਂ, ਮੈਟਰੋ ਸਿਟੀਜ਼ ਹੈਗੀਆਂ, ਹਰੇਕ ਸਿਟੀ ਦੀ, ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੀ ਪ੍ਰੋਬਲਮਸ ਹੈਗੀ, ਆਪਣੇ ਆਪਣੀ ਡਿਮਾਂਡਸ ਹੈਗੀਆਂ, ਅਤੇ ਮੈਂ ਅੱਜ ਹੀ ਕੋਰ ਟੀਮ ਦੇ ਨਾਲ ਅਸੀਂ ਬੈਠਾਂਗੇ, ਜਿੰਨੇ ਵੀ ਸਾਡੇ ਆਫਿਸਰਸ ਹੈਗੇ ਆ, ਸੈਕਟਰੀ ਸਾਹਿਬ ਹੈਗੇ ਆ, ਅਤੇ ਵਿਲ ਟੇਕ ਦੇਅਰ ਓਪੀਨੀਅਨ, ਅਸੀਂ ਡਿਸਕਸ ਕਰਾਂਗੇ ਆਪਾਂ, ਫਿਰ ਅਸੀਂ ਆਪਾਂ ਫੀਲਡ 'ਚ ਵੀ ਜਾਵਾਂਗੇ, ਜ਼ਿਲ੍ਹਾ ਵਾਈਜ਼ ਵੀ ਜਾਵਾਂਗੇ, ਕੋਆਪਰੇਸ਼ਨ ਵੀ ਜਾਵਾਂਗੇ, ਫਿਰ ਉਹਨਾਂ ਕੋਲ ਵੀ ਲੋਕਾਂ ਕੋਲ ਪੁੱਛਾਂਗੇ ਤੁਹਾਡੀ ਕੀ ਡਿਮਾਂਡਸ ਹੈ, ਕੀ ਪ੍ਰੋਬਲਮਸ ਹੈਗੀਆਂ, ਫਿਰ ਆਪਾਂ ਇੱਕ ਬੈਠ ਕੇ ਆਪਾਂ ਜੋ ਵੀ ਨਿਚੋੜ ਹੈਗਾ ਕਰਾਂਗੇ। ਕਿ ਅੱਜ ਪੰਚਾਇਤੀ ਚੋਣਾਂ ਦੀ ਜਿਹੜੀ ਹੈ ਕਹਿ ਲਈਏ ਕਿ ਤਰੀਕ ਆ ਸਕਦੀ ਹੈ, ਔਰ ਮਿਊਨਸਪੈਲਿਟੀ ਚੋਣਾਂ ਦੀ ਵੀ ਉਡੀਕ ਹੋ ਰਹੀ ਹੈ, ਉਹਨੂੰ ਕਿੱਦਾਂ ਦੇਖਿਆ ਜਾਏਗਾ ਔਰ ਕਿੰਨੀ ਕੁ ਜਲਦ ਉਸ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਲੰਬੇ ਸਮੇਂ ਤੋਂ ਇਹ ਚੋਣਾਂ ਜਿਹੜੀਆਂ ਡਿਊ ਨੇ? ਨਹੀਂ, ਸਹੀ ਗੱਲ ਆ ਜੀ, ਬਹੁਤ ਪੰਚਾਇਤ ਇਲੈਕਸ਼ਨਸ ਐਜ਼ ਵੈਲ ਐਜ਼ ਕਾਰਪੋਰੇਟ ਇਲੈਕਸ਼ਨਸ ਥੋੜ੍ਹਾ ਡਿਲੇ ਹੋ ਗਿਆ, ਪੈਂਡਿੰਗ ਚੱਲ ਰਹੀਆਂ, ਅਤੇ ਪੰਚਾਇਤ ਇਲੈਕਸ਼ਨ ਦੇ ਮੇਰੇ ਖਿਆਲ ਵਿਦਇਨ ਅ ਡੇ ਜਾਂ ਅੱਜ ਹੀ ਸ਼ਾਇਦ ਆ ਜਾਣਗੇ, ਕੋਰਟ ਲੱਗ ਜਾਏਗਾ। ਅਤੇ ਰਹੀ ਕਾਰਪੋਰੇਸ਼ਨ ਦੀ, ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਕਿ ਅਸੀਂ ਜਲਦ ਤੋਂ ਜਲਦ ਅਸੀਂ ਆਪਾਂ ਪੰਚਾਇਤ ਇਲੈਕਸ਼ਨ ਤੋਂ ਬਾਅਦ ਅਸੀਂ ਕਾਰਪੋਰੇਸ਼ਨ ਇਲੈਕਸ਼ਨ ਵੀ ਕਰਾਈਏ। ਸਾਡੀ CM ਸਾਹਿਬ ਨਾਲ ਕੱਲ੍ਹ ਮੀਟਿੰਗ ਵੀ ਹੋਈ ਇਸ ਰਿਗਾਰਡਿੰਗ, ਅਤੇ ਹੋਪਫੁਲੀ ਆਪਾਂ ਛੇਤੀ ਆਪਾਂ ਜਿੰਨੀ ਵੀ ਪੈਂਡਿੰਗ ਕਾਰਪੋਰੇਸ਼ਨ ਇਲੈਕਸ਼ਨ ਹੈਗੀਆਂ ਕਮੇਟੀ ਦੇਗੀ ਅਸੀਂ ਆਪਾਂ ਕਰਾ ਦਾਂਗੇ ਜੀ। ਜੀ ਥੈਂਕ ਯੂ ਸਾਡੇ ਨਾਲ ਡਾਕਟਰ ਅਵਜੋਤ, ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸਾਂਭਿਆ ਔਰ ਅਹੁਦਾ ਸਾਂਭਣ ਤੋਂ ਬਾਅਦ ਲੋਕਲ ਬੋਡੀ ਨੂੰ ਕਿਸ ਤਰੀਕੇ ਚਲਾਉਣਾ ਉਸ ਬਾਬਤ ਗੱਲਬਾਤ ਕੀਤੀ। ਕਹਿ ਰਹੇ ਨੇ ਕਿ ਆਉਂਦਿਆਂ ਸਾਰ ਜਿਹੜੀ ਹੈ ਅਫਸਰਾਂ ਦੇ ਨਾਲ ਬੈਠਕ ਕੀਤੀ ਜਾਏਗੀ, ਜਿਸ ਤੋਂ ਬਾਅਦ ਹਰ ਜ਼ਿਲ੍ਹੇ ਦਾ ਬਿਊਰਾ ਲਿੱਤਾ ਜਾਏਗਾ ਔਰ ਮਿਊਨਸਪੈਲਿਟੀ ਚੋਣਾਂ ਨੂੰ ਵੀ ਜਲਦ ਕਰਾਉਣ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਸ਼ਿਵਮ ਦੇ ਨਾਲ ਸਾਜਿੰਦਰ ਰੋਲਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ। ਕਿੱਦਾਂ ਦੇਖੀਏ ਅੱਜ ਤੁਸੀਂ ਆਪਣਾ ਅਹੁਦਾ ਸੰਭਾਲ ਲਿਆ ਔਰ ਲੋਕ ਜਿਹੜੇ ਨੇ ਤੁਹਾਡੇ ਕੋਲ ਆਏ ਨੇ, ਤੁਹਾਡੇ ਪ੍ਰਸ਼ੰਸਕ ਵੀ ਆਏ ਨੇ, ਮਿਨਿਸਟਰਸ ਵੀ ਇੱਥੇ ਤੁਹਾਡੇ ਕੋਲ ਪਹੁੰਚੇ ਨੇ, ਕਿੱਦਾਂ ਦੇਖਦੇ ਹੋ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ? ਅਤੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਸਾਰੇ ਪ੍ਰੈਸ ਵੀਰਾਂ ਦਾ ਅਤੇ ਸਾਰਿਆਂ ਦਾ, ਜਿੰਨੀ ਸਾਡੀ ਹਾਈ ਕਮਾਂਡ ਹੈਗੀ ਦਿੱਲੀ ਦੀ, ਪੰਜਾਬ ਦੀ, ਸਾਡੇ CM ਸਾਹਿਬ ਅਰਵਿੰਦ ਕੇਜਰੀਵਾਲ, ਸਾਡੇ CM ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ, ਮੇਰੇ ਕੈਬਨਿਟ ਕੁਲੀਗ, ਮੇਰੇ MLA ਸਾਹਿਬਾਨ, ਜਿੰਨੇ ਵੀ ਅੱਜ ਪਹੁੰਚੇ ਇੱਥੇ, ਜਿੰਨੇ ਨਹੀਂ ਵੀ ਪਹੁੰਚ ਸਕੇ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ, ਵਧਾਈ ਵੀ ਦਿੰਦਾ। ਅਤੇ ਮੈਂ ਇਹੀ ਜ਼ਿਆਦਾ ਨਾ ਕੁਛ ਕਹਿੰਦਾ ਹੋਇਆ ਕਿ ਅਸੀਂ ਇਹੀ ਵਿਸ਼ਵਾਸ ਦਵਾਉਂਦੇ ਹਾਂ ਕਿ ਜਿਹੜੀ ਇੱਕ, ਮੈਂ ਸਮਝਦਾ ਕਿ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਹੈ, ਬਹੁਤ ਵੱਡਾ ਡਿਪਾਰਟਮੈਂਟ ਹੈਗਾ, ਅਤੇ ਮੈਂ ਇਹੀ ਵਿਸ਼ਵਾਸ ਦਵਾਉਂਦਾ ਕਿ ਜਿਸ ਵਿਸ਼ਵਾਸ ਦੇ ਨਾਲ ਸਾਨੂੰ ਉਹਨਾਂ ਨੇ ਮੌਕਾ ਦਿੱਤਾ, ਜ਼ਿੰਮੇਵਾਰੀ ਦਿੱਤੀ ਆ, ਅਸੀਂ ਉਸ ਤੋਂ ਵੱਧ ਵਿਸ਼ਵਾਸ ਦੇ ਨਾਲ ਇਮਾਨਦਾਰੀ ਨਾਲ ਅਸੀਂ ਆਪਾਂ ਕੰਮ ਕਰਕੇ ਆਪਾਂ ਲੋਕਲ ਗਵਰਨਮੈਂਟ ਆਪਣੇ ਆਪ ਦੇ ਵਿੱਚ ਚੈਲੇਂਜ ਹੈ, ਬਹੁਤ ਸਾਰੀਆਂ ਮਿਊਨਸਪੈਲਿਟੀਜ਼ ਇੱਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਹਾਲੇ ਵੀ ਬਹੁਤ ਸਾਰੀਆਂ ਦਿੱਕਤ ਪਰੇਸ਼ਾਨੀਆਂ ਹੈਗੀਆਂ ਨੇ, ਉਹਨਾਂ ਨੂੰ ਕਿੱਦਾਂ ਕਿਸ ਤਰੀਕੇ ਨਾਲ ਦੇਖਿਆ ਜਾਏਗਾ ਕਿ ਉਸ ਚੈਲੇਂਜ ਨੂੰ ਜਲਦ ਤੋਂ ਜਲਦ ਖਤਮ ਕੀਤਾ ਜਾਏਗਾ, ਕਿਸ ਤਰੀਕੇ ਨਾਲ ਚੀਜ਼ਾਂ ਅੱਗੇ ਵਧਾਈਆਂ ਜਾਣ? ਵੈਰੀ ਟਰੂ, ਤਕਰੀਬਨ ਕਹਿ ਸਕਦਾ ਕਿ ਅੱਧੀ ਸਰਕਾਰ ਲੋਕਲ ਬੋਡੀਜ਼ ਹੈਗੀ ਹੈ ਜੀ, ਇਹ ਨਾ, ਅਤੇ ਕਾਰਪੋਰੇਸ਼ਨਸ ਹੈਗੀਆਂ, ਮੈਟਰੋ ਸਿਟੀਜ਼ ਹੈਗੀਆਂ, ਹਰੇਕ ਸਿਟੀ ਦੀ, ਹਰੇਕ ਕਾਰਪੋਰੇਸ਼ਨ ਦੀ ਆਪਣੇ ਆਪਣੀ ਪ੍ਰੋਬਲਮਸ ਹੈਗੀ, ਆਪਣੇ ਆਪਣੀ ਡਿਮਾਂਡਸ ਹੈਗੀਆਂ,
ਤੇ ਮੈਂ ਅੱਜ ਹੀ ਕੋਰ ਟੀਮ ਦੇ ਨਾਲ ਅਸੀਂ ਬੈਠਾਂਗੇ, ਜਿੰਨੇ ਵੀ ਸਾਡੇ ਆਫੀਸਰਸ ਹੈਗੇ ਆ, ਸੈਕਟਰੀ ਸਾਹਿਬ ਹੈਗੇ ਆ, ਤੇ ਵਿਲ ਟੇਕ ਦੇਅਰ ਓਪੀਨੀਅਨ, ਅਸੀਂ ਡਿਸਕਸ ਕਰਾਂਗੇ ਆਪਾਂ, ਫਿਰ ਅਸੀਂ ਆਪਾਂ ਫੀਲਡ 'ਚ ਵੀ ਜਾਵਾਂਗੇ, ਜ਼ਿਲ੍ਹਾ ਵਾਈਜ਼ ਵੀ ਜਾਵਾਂਗੇ, ਕੋਆਪਰੇਸ਼ਨ ਵੀ ਜਾਵਾਂਗੇ, ਫਿਰ ਉਹਨਾਂ ਕੋਲ ਵੀ ਲੋਕਾਂ ਕੋਲ ਪੁੱਛਾਂਗੇ ਤੁਹਾਡੀ ਕੀ ਡਿਮਾਂਡਸ ਹੈ, ਕੀ ਪ੍ਰੋਬਲਮਸ ਹੈਗੀਆਂ, ਫਿਰ ਆਪਾਂ ਇੱਕ ਬੈਠ ਕੇ ਆਪਾਂ ਜੋ ਵੀ ਨਿਚੋੜ ਹੈਗਾ ਕਰਾਂਗੇ। ਪੰਚਾਇਤੀ ਚੋਣਾਂ ਦੀ ਜਿਹੜੀ ਹੈ ਕਹਿ ਲਈਏ ਕਿ ਤਰੀਕ ਆ ਸਕਦੀ ਹੈ, ਔਰ ਮਿਊਂਸੀਪੈਲਿਟੀ ਚੋਣਾਂ ਦੀ ਵੀ ਉਡੀਕ ਹੋ ਰਹੀ ਹੈ, ਉਹਨੂੰ ਕਿੱਦਾਂ ਦੇਖਿਆ ਜਾਏਗਾ ਔਰ ਕਿੰਨੀ ਕੁ ਜਲਦ ਉਸ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਕਿਉਂਕਿ ਲੰਬੇ ਸਮੇਂ ਤੋਂ ਇਹ ਚੋਣਾਂ ਜਿਹੜੀਆਂ ਡਿਊ ਨੇ? ਨਹੀਂ, ਸਹੀ ਗੱਲ ਆ ਜੀ, ਬਹੁਤ ਪੰਚਾਇਤ ਇਲੈਕਸ਼ਨ ਐਜ਼ ਵੈਲ ਐਜ਼ ਕਾਰਪੋਰੇਟ ਇਲੈਕਸ਼ਨ ਥੋੜ੍ਹਾ ਡਿਲੇ ਹੋ ਗਿਆ, ਪੈਂਡਿੰਗ ਚੱਲ ਰਹੀਆਂ, ਅਤੇ ਪੰਚਾਇਤ ਇਲੈਕਸ਼ਨ ਦੇ ਮੇਰੇ ਖਿਆਲ ਵਿਦ ਇਨ ਅ ਡੇ ਜਾਂ ਅੱਜ ਹੀ ਸ਼ਾਇਦ ਆ ਜਾਣਗੇ ਆ, ਕੋਰਟ ਲੱਗ ਜਾਏਗਾ। ਅਤੇ ਰਹੀ ਕਾਰਪੋਰੇਸ਼ਨ ਦੀ, ਤਾਂ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਾਡਾ ਕਿ ਅਸੀਂ ਜਲਦ ਤੋਂ ਜਲਦ ਅਸੀਂ ਆਪਾਂ ਪੰਚਾਇਤ ਇਲੈਕਸ਼ਨ ਤੋਂ ਬਾਅਦ ਅਸੀਂ ਕਾਰਪੋਰੇਸ਼ਨ ਇਲੈਕਸ਼ਨ ਵੀ ਕਰਾਈਏ। ਸਾਡੀ ਸੀ ਐੱਮ ਸਾਹਿਬ ਨਾਲ ਕੱਲ੍ਹ ਮੀਟਿੰਗ ਵੀ ਹੋਈ ਇਸ ਰਿਗਾਰਡਿੰਗ, ਅਤੇ ਹੋਪਫੁਲੀ ਆਪਾਂ ਛੇਤੀ ਆਪਾਂ ਜਿੰਨੀ ਵੀ ਪੈਂਡਿੰਗ ਕਾਰਪੋਰੇਸ਼ਨ ਇਲੈਕਸ਼ਨ ਹੈਗੀਆਂ ਕਮੇਟੀ ਦੇਣਗੇ, ਅਸੀਂ ਆਪਾਂ ਕਰਾ ਦਾਂਗੇ ਜੀ। ਜੀ ਥੈਂਕ ਯੂ ਸਾਡੇ ਨਾਲ ਡਾਕਟਰ ਅਵਜੋਤ, ਜਿਨ੍ਹਾਂ ਨੇ ਅੱਜ ਆਪਣਾ ਅਹੁਦਾ ਸਾਂਭਿਆ, ਔਰ ਅਹੁਦਾ ਸਾਂਭਣ ਤੋਂ ਬਾਅਦ ਲੋਕਲ ਬਾਡੀ ਨੂੰ ਕਿਸ ਤਰੀਕੇ ਚਲਾਉਣਾ, ਉਸ ਬਾਬਤ ਗੱਲਬਾਤ ਕੀਤੀ। ਕਹਿ ਰਹੇ ਨੇ ਕਿ ਆਉਂਦਿਆਂ ਸਾਰ ਜਿਹੜੀ ਹੈ ਅਫਸਰਾਂ ਦੇ ਨਾਲ ਬੈਠਕ ਕੀਤੀ ਜਾਏਗੀ, ਜਿਸ ਤੋਂ ਬਾਅਦ ਹਰ ਜ਼ਿਲ੍ਹੇ ਦਾ ਬਿਊਰਾ ਲਿੱਤਾ ਜਾਏਗਾ, ਔਰ ਮਿਊਂਸੀਪੈਲਿਟੀ ਚੋਣਾਂ ਨੂੰ ਵੀ ਜਲਦ ਕਰਾਉਣ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਸ਼ਿਵਮ ਦੇ ਨਾਲ ਸਾਜਿੰਦਰ ਰੋਲਾ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।